हां जी दोस्तों वेलकम स्वागत है ਤੁਹਾਡਾ ਸਟੱਡੀਸ਼ਿਪ YouTube ਚੈਨਲ ਤੇ ਅੱਜ ਇਸ ਵੀਡੀਓ ਦੇ ਰਾਹੀਂ ਪੀਐਸਪੀਸੀਐਲ ਦੇ ਵੱਲੋਂ ਅਸਿਸਟੈਂਟ ਲਾਈਨਮੈਨ ਏਐਲਐਮ ਦੀਆਂ ਜਿਹੜੀਆਂ ਅਸਾਮੀਆਂ ਦੇ ਲਈ ਵਿਗਿਆਪਨ ਦਿੱਤਾ ਗਿਆ ਉਹਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੀਐਸਪੀਸੀਐਲ ਦੇ ਵੱਲੋਂ ਅਸਿਸਟੈਂਟ ਲਾਈਨਮੈਨ ਸਹਾਇਕ ਲਾਈਨਮੈਨ ਦੀਆਂ ਅਸਾਮੀਆਂ ਦੇ ਲਈ ਵਿਗਿਆਪਨ ਜਾਰੀ ਕੀਤਾ ਗਿਆ ਇਸ ਵੀਡੀਓ ਦੇ ਵਿੱਚ ਤੁਹਾਨੂੰ ਮੋੜਲੀ ਜਾਣਕਾਰੀ ਤੋਂ ਇਲਾਵਾ ਅਪਲਾਈ ਕਰਨ ਦੀ ਮਿਤੀ ਕੀ ਹੋਵੇਗੀ ਔਰ ਇਸ ਅਸਾਮੀ ਦੇ ਲਈ ਅਪਲਾਈ ਕਰਨ ਦੇ ਲਈ ਕੀ ਕੀ ਯੋਗਤਾ ਰੱਖੀ ਗਈ ਹੈ ਕਿਹੜੀਆਂ ਸ਼ਰਤਾਂ ਨੇ ਇਸ ਤਰ੍ਹਾਂ ਦੀ ਵੀਡੀਓ ਦੇ ਵਿੱਚ ਇਹ ਤੁਹਾਨੂੰ ਜਾਣਕਾਰੀ ਹੈ ਜਿਹੜੀ ਮਿਲੇਗੀ ਤਾਂ ਪੂਰੀ ਵੀਡੀਓ ਲਾਸਟ ਤੱਕ ਜਰੂਰ ਦੇਖਣਾ ਤਾਂ ਕਿ ਤੁਸੀਂ ਮਿਸ ਨਾ ਕਰੋ ਔਰ ਕੁਸ਼ਕਬਰੀ ਇਹ ਕਾਫੀ ਕੈਂਡੀਡੇਟਸ ਆ ਜਿਹੜੇ ਇਸ ਚੈਨਲ ਦੇ ਜ਼ਰੀਏ ਇਸ ਚੈਨਲ ਦੀਆਂ ਵੱਖ-ਵੱਖਰੀਆਂ ਵੀਡੀਓਜ਼ ਤੇ ਤੁਸੀਂ ਕਮੈਂਟ ਕਰਕੇ ਪੁੱਛ ਰਹੇ ਸੀ ਕਿ ਕਦੋਂ ਪੀਐਸਪੀਸੀਐਲ ਜਾਂ ਪੀਐਸਟੀਸੀਐਲ ਦੇ ਵਿੱਚ ਅਸਾਮੀਆਂ ਆਉਣੀਆਂ ਐ ਅਸਿਸਟੈਂਟ ਲਾਈਨਮੈਨ ਜਾਂ ਲਾਈਨਮੈਨ ਦੀਆਂ ਜਿਹੜੀਆਂ ਪੋਸਟਾਂ ਕਦੋਂ ਆਉਣੀਆਂ ਸੋ ਇਹ ਪੋਸਟਾਂ ਜਿਹੜੀਆਂ ਹੁਣ ਤੁਹਾਡੇ ਲਈ ਖੁਸ਼ਖਬਰੀ ਐ ਕਿ ਇਹ ਪੋਸਟਾਂ ਵਿਗਿਆਪਨ ਆ ਚੁੱਕਿਆ ਹੈ ਪੀਐਸ ਪੀਸੀਐਲ ਦੇ ਵੱਲੋਂ ਇਹਨਾਂ ਪੋਸਟਾਂ ਦੇ ਲਈ ਜਿਹੜੀ ਐਡਵਰਟਾਈਜ਼ਮੈਂਟ ਆ ਉਹ ਜਾਰੀ ਕਰ ਦਿੱਤੀ ਗਈ ਹੈ ਤੁਸੀਂ ਆਪਣੀ ਆਪਣੀ ਜਿਹੜੀ ਤਿਆਰੀ ਹੈ ਉਹ ਹੋਣੇ ਤੋਂ ਵਧਣੀ ਸ਼ੁਰੂ ਕਰ ਸਕਦੇ ਹੋ ਤਾਂ ਕਿ ਤੁਸੀਂ ਟੈਸਟ ਤੱਕ ਜਿਹੜਾ ਆਪਣਾ ਸਲੇਵਸ ਪੂਰਾ ਕਰ ਸਕੋ ਸੋ ਸਟੇ ਕਨੈਕਟਡ ਸਟੇ ਅਪਡੇਟਡ ਇਸ ਚੈਨਲ ਦੇ ਨਾਲ ਜੁੜੇ ਰਹੋ ਔਰ ਅਪਡੇਟ ਰਹੋ ਔਰ ਤੁਹਾਨੂੰ ਦੱਸ ਦਈਏ ਬਿਨਾਂ ਕਿਸੇ ਦੇਰੀ ਤੋਂ ਕਿ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਸੀਆਰਏ 301 /23 ਰਾਹੀ ਵਿਗਿਆਪਤ ਸਾਇਕਲਾਈਨ ਮੈਨ ਦੀਆਂ ਅਸਾਮੀਆਂ ਦੇ ਬਾਰੇ ਜਾਣਕਾਰੀ ਮਿਲੇਗੀ ਪੀਐਸਪੀਸੀਐਲ ਵੱਲੋਂ ਸਾਇਕਲਾਈਨ ਮੈਨ ਦੀਆਂ ਕੁੱਲ 2500 ਅਸਾਮੀਆਂ ਦੀ ਭਰਤੀ ਦੇ ਲਈ 15 ਦਸੰਬਰ ਨੂੰ ਵਿਗਿਆਪਨ ਹੈ ਜਿਹੜਾ ਵੱਖ-ਵੱਖ ਰੀ ਨਿਊਜ਼ਪੇਪਰਸ ਦੇ ਵਿੱਚ ਅਖਬਾਰਾਂ ਦੇ ਵਿੱਚ ਜਾਰੀ ਕੀਤਾ ਗਿਆ ਸੋ 2500 ਅਸਾਮੀਆਂ ਜਿਹੜੀਆਂ 2500 ਪੋਸਟਾਂ ਨੇ ਸਹਾਇਕ ਲਾਈਨਮੈਨ ਅਸਿਸਟੈਂਟ ਲਾਈਨਮੈਨ ਦੀਆਂ ਉਹ ਪੀਐਸਪੀਸੀਐਲ ਦੇ ਵੱਲੋਂ ਭਰੀਆਂ ਜਾਣੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸੋ ਸਾਇਕਲਾਈਨ ਮੈਨ ਦੀਆਂ 2500 ਅਸਾਮੀਆਂ ਦੇ ਲਈ ਕਿਵੇਂ ਅਪਲਾਈ ਕਰਨਾ ਹੈ ਕਦੋਂ ਇਸ ਦੀ ਜਿਹੜੀ ਅਪਲਾਈ ਕਰਨ ਦੀ ਮਿਤੀ ਸ਼ੁਰੂ ਹੋਣੀ ਹੈ ਉਹ ਤੁਹਾਨੂੰ ਦੱਸਤੀ ਹੈ ਕਿ 26 ਦਸੰਬਰ 2023 ਤੋਂ ਜਿਹੜੀ ਅਪਲਾਈ ਕਰਨ ਦੇ ਜਿਹੜਾ ਪ੍ਰੋਸੈਸ ਹੈ ਉਹ ਸ਼ੁਰੂ ਹੋ ਜਾਣਾ ਹੈ ਔਰ 15 ਜਨਵਰੀ ਇਸ ਦੀ ਲਾਸਟ ਡੇਟ ਹੋਵੇਗੀ ਇਹ ਐਡਵਰਟਾਈਜ਼ਮੈਂਟ ਜਿਹੜੀ ਨਿਊਜ਼ਪੇਪਰ ਦੇ ਵਿੱਚ ਆਈ ਹੈ ਉਹਦੇ ਰਾਹੀਂ ਦੱਸਿਆ ਕਿ 26 ਦਸੰਬਰ 2023 ਤੋਂ ਪੋਸਟਾਂ ਦੇ ਲਈ ਅਪਲਾਈ ਕਰਨਾ ਪ੍ਰੋਸੈਸ ਸ਼ੁਰੂ ਹੋ ਜਾਣਾ ਹੈ ਔਰ 15 ਜਨਵਰੀ 2024 ਹੈ ਜਿਹੜੀ ਇਹਦੀ ਲਾਸਟ ਡੇਟ ਹੋਵੇਗੀ ਆਖਰੀ ਮਿਤੀ ਹੋਵੇਗੀ ਔਰ ਆਨਲਾਈਨ ਹੈ ਐਪਲੀਕੇਸ਼ਨਸ ਆ ਜਿਹੜੀਆਂ ਉਹ ਹੋ ਰਿਸੀਵ ਕੀਤੀਆਂ ਜਾਣੀਆਂ ਪੀਐਸਪੀਸੀਐਲ ਦੇ ਵੱਲੋਂ ਆਨਲਾਈਨ ਮਾਧਿਅਮ ਦੇ ਰਾਹੀਂ ਸੋ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਪੀਐਸਪੀਸੀਐਲ ਦੇ ਵੱਲੋਂ ਸਾਇਕਲਾਈਨ ਮੈਂਦੀਆਂ ਕੁੱਲ 2500 ਅਸਾਮੀਆਂ ਦੀ ਭਰਤੀ ਦੇ ਸਬੰਧੀ 15 ਦਸੰਬਰ ਨੂੰ ਜਿਹੜਾ ਵਿਗਿਆਪਨ ਹੈ ਉਹ ਜਾਰੀ ਕਰ ਦਿੱਤਾ ਗਿਆ ਔਰ ਇਹ ਯੋਗਤਾ ਤੇ ਸ਼ਰਤਾਂ ਦੀ ਗੱਲ ਕਰੀਏ ਤਾਂ ਜਿਹੜਾ ਵਿਗਿਆਪਨ ਹੈ ਉਹ ਤੁਸੀਂ ਦੇਖ ਸਕਦੇ ਹੋ ਪੀਐਸਪੀਸੀਐਲ ਦੀ ਜਿਹੜੀ ਵੈਬਸਾਈਟ ਹੈ ਉਹਦੇ ਤੋਂ ਡਿਟੇਲਡ ਜਿਹੜੀ ਐਡਵਰਟਾਈਜ਼ਮੈਂਟ ਹੈ ਉਹ ਤੁਸੀਂ ਚੈੱਕ ਕਰ ਸਕਦੇ ਹੋ ਸੋ ਇਹ ਡਿਟੇਲਡ ਐਡਵਰਟਾਈਜ਼ਮੈਂਟ ਆਪ ਅਵੇਟ ਕਰ ਰਹੀ ਸੀ ਕਿ ਪੀਐਸਪੀਸੀਐਲ ਦੀ ਵੈਬਸਾਈਟ ਤੇ ਕਦੋਂ ਆਉਣੀ ਹੈ ਤਾਂ ਲਿੰਕ ਉਹਦਾ ਅਜੇ ਓਪਨ ਨਹੀਂ ਹੋ ਰਿਹਾ ਵੈਬਸਾਈਟ ਦੇ ਉੱਪਰ ਜਿਹੜਾ ਟਾਈਟਲ ਆ ਉਹ ਅਪਡੇਟ ਕਰ ਦਿੱਤਾ ਗਿਆ ਹੋ ਸਕਦਾ ਕੋਈ ਟੈਕਨੀਕਲ ਪ੍ਰੋਬਲਮ ਹੋਵੇ ਆਉਣ ਵਾਲੇ 1-2 ਦਿਨਾਂ ਦੇ ਵਿੱਚ ਇਹ ਜਿਹੜੀ ਰਿਜ਼ੋਲਵ ਹੋ ਜਾਣੀ ਹੈ ਪ੍ਰੋਬਲਮ ਔਰ ਡਿਟੇਲਡ ਨੋਟੀਫਿਕੇਸ਼ਨ ਹੈ ਜਿਹੜਾ ਓਪਨ ਹੋਵੇਗਾ ਤਾਂ ਯੋਗਤਾ ਤੇ ਸ਼ਰਤਾਂ ਜਾਂ ਹੋਰ ਕੀ ਕੀ ਉਮਰ ਹੱਦ ਦੇ ਬਾਰੇ ਕੀ ਕੀ ਸ਼ਰਤਾਂ ਨੇ ਔਰ ਕੁਆਲਿਫਿਕੇਸ਼ਨ ਤੁਹਾਡੀ ਕੀ ਚਾਹੀਦੀ ਹੈ ਅਪਰੈਂਟਸ਼ਿਪ ਦੇ ਲਈ ਲਾਜ਼ਮੀ ਆ ਜਾਂ ਨਹੀਂ ਲਾਜ਼ਮੀ ਉਹ ਆਪਾਂ ਪੀਐਸਪੀਸੀਐਲ ਦੀ ਵੈਬਸਾਈਟ ਤੋਂ ਜਦੋਂ ਡਿਟੇਲਡ ਨੋਟੀਫਿਕੇਸ਼ਨ ਓਪਨ ਹੋਵੇਗਾ ਉਦੋਂ ਤੁਹਾਨੂੰ ਇਸ ਦੀ ਜਾਣਕਾਰੀ ਵੀ ਇਸ ਚੈਨਲ ਦੇ ਜ਼ਰੀਏ ਆਪਾਂ ਦੇਣ ਦੀ ਕੋਸ਼ਿਸ਼ ਕਰਾਂਗੇ ਸੋ ਪੀਐਸਪੀਸੀਐਲ ਦੀ ਜਿਹੜੀ ਵੈਬਸਾਈਟ ਤੇ ਤੁਸੀਂ ਲਗਾਤਾਰ ਬਣੇ ਰਹਿਣਾ ਔਰ ਇਸ ਚੈਨਲ ਦੇ ਨਾਲ ਵੀ ਜੁੜੇ ਰਹਿ ਸਕਦੇ ਹੋ ਇਹਦੇ ਨਾਲ ਹੀ ਜਿਹੜੇ ਐਲੀਜੀਬਲ ਕੈਂਡੀਡੇਟਸ ਹੈ ਜਿਹੜੇ ਇਸ ਅਸਾਮੀਆਂ ਦੇ ਲਈ ਅਪਲਾਈ ਕਰਨਾ ਚਾਹੁੰਦੇ ਆ ਔਰ ਇਨਾਂ ਅਸਾਮੀਆਂ ਦੀ ਕਾਫੀ ਟਾਈਮ ਤੋਂ ਵੇਟ ਕਰ ਰਹੇ ਸੀ ਤਾਂ ਉਹਨਾਂ ਦੇ ਲਈ ਸ਼ੁਭ ਕਾਮਨਾਵਾਂ ਵੈਸਟ ਵਿਸ਼ੇਸ ਤੁਹਾਡੀ ਸਿਲੈਕਸ਼ਨ ਹੈ ਜਿਹੜੀ ਇਨਾਂ ਪੋਸਟਾਂ ਦੇ ਲਈ ਹੋਵੇ ਆਪਣੀ ਤਿਆਰੀ ਹੈ ਜਿਹੜੀ ਉਹ ਹੁਣੇ ਤੋਂ ਤੁਸੀਂ ਸ਼ੁਰੂ ਕਰੋ ਸੋ ਸਟੱਡੀਸ਼ਿਪ YouTube ਚੈਨਲ ਤੋਂ ਵੀ ਇਸ ਪੋਸਟਾਂ ਦੇ ਨਾਲ ਸੰਬੰਧਿਤ ਜਿਹੜੀਆਂ ਵੱਖ-ਵੱਖਰੀਆਂ ਜਾਣਕਾਰੀਆਂ ਨੇ ਔਰ ਵੱਖ-ਵੱਖਰੇ ਲੈਕਚਰ ਸੀਰੀਜ਼ ਵੀ ਆਪਾਂ ਟਰਾਈ ਕਰਾਂਗੇ ਕਿ ਸ਼ੁਰੂ ਕਰੀਏ ਤੁਸੀਂ ਇਸ ਚੈਨਲ ਦੇ ਨਾਲ ਵੀ ਜੁੜੇ ਰਹਿ ਸਕਦੇ ਹੋ ਸੋ ਵੱਖ-ਵੱਖਰੇ ਜਿਹੜੇ ਪਲੇਟਫਾਰਮਸ ਆ ਉਹਨਾਂ ਤੋਂ ਵੀ ਤੁਸੀਂ ਫੋਲੋ ਕਰ ਸਕਦੇ ਹੋ ਇੰਸਟਾਗ੍ਰam ਫੇਸਬੁੱਕ ਪੇਜ ਐਕਸ ਦੇ ਪੇਜ ਤੋਂ ਵੀ ਤੁਸੀਂ ਫੋਲੋ ਕਰ ਸਕਦੇ ਹੋ ਇਹਦੇ ਨਾਲ ਹੀ ਤੁਹਾਡਾ ਬਹੁਤ-ਬਹੁਤ ਥੈਂਕ ਯੂ ਜੇ ਜਾਣਕਾਰੀ ਵਧੀਆ ਲੱਗੀ ਤਾਂ ਆਪਣੇ ਸਾਥੀਆਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਕਿਸੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਲਈ ਤੁਹਾਡਾ ਬਹੁਤ-ਬਹੁਤ ਥੈਂਕ ਯੂ ਗੁੱਡ ਲੱਕ ਅਗੇਨ